ਹੈਲੋ एवरीवन ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਇਟਸ ਜੀਕੇ ਗੁਰਜੀਤੇ ਪੀਐਸ ਟੈਟ ਦਾ ਇਗਜ਼ਾਮ ਦੀ ईवीएस ਦੇ ਪੋਰਸ਼ਨ ਦੀ ਆਨਸਰ ਕੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸਾਡੇ ਕੋਲ ਹੈਗਾ ਜੀ ਕੋਡ ਡੀ ਬਾਕੀ ਦੇ ਕੋਡ ਦੇ ਆਨਸਰ ਤੁਸੀਂ ਇਸ ਵੀਡੀਓ ਚ ਅਰੇਂਜ ਕਰ ਲਿਆ ਜੇ ਫਰਸਟ ਕੁਸ਼ਨ ਵੱਲ ਚੱਲਦੇ ਹਾਂ ਫਰਸਟ ਕੁਸ਼ਨ ਆਪਣੇ ਕੋਲ ਹੈਗਾ ਵਾਤਾਵਰਨ ਪ੍ਰਤੀ ਸੁਵੇਦਨਸ਼ੀਲਤਾ ਪ੍ਰਦਾਨ ਕਰਨ ਲਈ ਤੁਸੀਂ ਆਪਣੇ ਵਿਦਿਆਰਥੀਆਂ ਨੂੰ ਸਹਿਰ ਸਪਾਟਾ ਲਈ ਕਿੱਥੇ ਲੈ ਜਾਓਗੇ ਤੈਂ ਦਾ கரੈਕਟ ਆਨਸਰ ਹੋ ਜਾਵੇਗਾ অপশন নাম্বার এ ਬੋਟానికাল গার্ডেন नेक्स्ट ਕੁਐਸਚਨ ਵੱਲ ਚਲਦੇ ਆਂ नेक्स्ट ਕੁਐਸਚਨ ਆਂਦਾ ਹੈ ਮੌਜੂਦਾ ਪਾਰਟ ਸਰਕਾਰ ਵਿੱਚ ਕੇਂਦਰੀ ਵਾਤਾਵਰਨ ਜੰਗਲਾਤ ਅਤੇ ਮੌਸਮ ਤਬਦੀਲੀ ਬਾਰੇ ਮੰਤਰੀ ਕੌਣ ਹੈ ਤੈਂ ਦਾ கரੈਕਟ ਆਨਸਰ ਹੋ ਜਾਵੇਗਾ অপশন ਨੰਬਰ ਡੀ ਪ੍ਰਕਾਸ਼ ਜਵੇੜਕਰ नेक्स्ट ਕੁਐਸਚਨ ਵੱਲ ਚਲਦੇ ਆਂ नेक्स्ट ਕੁਐਸਚਨ ਹੈ ਮੈਪ ਰੀਡਿੰਗ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਤੱਤ ਲਾਭਦਾਇਕ ਨਹੀਂ ਹੋ ਸਕਦਾ ਤੈਂ ਦਾ கரੈਕਟ ਆਨਸਰ ਹੋ ਜਾਵੇਗਾ অপশন ਨੰਬਰ ডি ਵਿਆਕਰਣ ਦੀ ਵਰਤੋਂ ਕਰਨਾ ਨੈਕਸਟ ਕੁਐਸਚਨ ਵੱਲ ਚਲਦੇ ਆਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਹੈ ਕੁਐਸਚਨ ਨੰਬਰ 124 ਵਾਤਾਵਰਣ ਕੁイズ ਦੇ আয়োজন ਲਈ ਕਿਸ ਕਿਸਮ ਦੇ ਪ੍ਰਸ਼ਨ ਪੁੱਛੇ ਜਾਣੇ ਚਾਹੀਦੇ ਹਨ ਤੈਂ ਦਾ கரੈਕਟ ਆਨਸਰ ਹੋ ਜਾਵੇਗਾ অপশন ਨੰਬਰ ਸੀ ਛੋਟੇ ਉਤਰਾਵਾਂ ਵਾਲੇ ਪ੍ਰਸ਼ਨ ਨੈਕਸਟ ਕੁਐਸਚਨ ਵੱਲ ਚਲਦੇ ਆਂ ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਵਾਤਾਵਰਣ ਸਿੱਖਿਆ ਵਿੱਚ ਫੀਲਡ ਟ੍ਰਿਪਸ ਦੀ ਉਪਯੋਗਤਾ ਨਹੀਂ ਹੈ ਤਾਂ ਇਹਦਾ கரੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਸੀ ਫੀਲਡ ਦੇ ਨਾਲ ਕਲਾਸਰੂਮ ਦੀਆਂ ਹਦਾਇਤਾਂ ਨੂੰ ਏਕੀਕ੍ਰਿਤ ਕਰਨਾ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਸਾਡਾ ਨੈਕਸਟ ਕੁਐਸਚਨ ਹੁੰਦਾ ਹੈ 126 ਤੁਸੀਂ ਵਿਦਿਆਰਥੀਆਂ ਨੂੰ ਪਾਣੀ ਸ਼ੁੱਧ ਕਰਨ ਲਈ ਰਸਾਇਣਿਕ ਤਰੀਕਿਆਂ ਲਈ ਸਿਖਲਾਈ ਦੇਣਾ ਚਾਹੁੰਦੇ ਹੋ ਹੇਠ ਲਿਖਿਆ ਵਿੱਚ ਕਿਹੜਾ ਸੁਝਾਅ ਤੁਹਾਡੇ ਲਈ ਨਹੀਂ ਦਿੱਤਾ ਜਾਵੇਗਾ ਫਸਟ ਹੈਗਾ ਲਾਲ ਦਵਾਈ ਦੀ ਵਰਤੋ ਸੈਕਿੰਡ ਹੈਗਾ ਪਾਣੀ ਨੂੰ ਉਬਾਲਨਾ ਥਰਡ ਹੈਗਾ ਕਲੋਰੀਨ ਦੀ ਵਰਤੋ ਤੇ ਡੀ ਹੈਗਾ ਐਲੂਮੀਨੀਅਮ ਸਲਫੇਟ ਦੀ ਵਰਤੋ ਤੇ ਇਹਦੇ ਕੋਰੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਡੀ ਬਾਕੀ ਸਾਰੇ ਸਹੀ ਨੇ ਤੇ ਇਸ ਨਾਲ ਕੀ ਹੈ ਪਾਣੀ ਸਾਫ਼ ਨਹੀਂ ਹੁੰਦਾ ਤਾਂ ਆਈ ਸਾਡਾ ਕੋਰੈਕਟ ਆਨਸਰ ਹੋ ਜਾਵੇਗਾ ਕਿਉਂਕਿ ਅਸੀਂ ਕੁਐਸਚਨ ਵਿੱਚ ਕੀ ਕਿਹਾ ਕਿ ਤੁਸੀਂ ਕਿਹੜਾ ਸੁਝਾਅ ਨਹੀਂ ਦਿਓਗੇ অপশন নাম্বার ডি ਸਹੀ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਆ ਨੈਕਸਟ ਕੁਐਸਚਨ ਆਂਦਾ ਹੈ ਆਬਾਦੀ ਨੂੰ ਨਿਯੰਤਰਿਤ ਕਰਨ ਲਈ ਹੇਠ ਲਿਖਿਆਂ ਵਿੱਚੋਂ ਕਿਹੜੇ ਤਰੀਕੇ ਦੀ ਸਿਫਾਰਿਸ਼ ਕਰਨਾ ਇੱਕ ਅਧਿਆਪਕ ਦੇ ਤੌਰ ਤੇ ਅਨੈਤਿਕ ਹੈ ਤਾਂ ਇਹਦਾ கரੈਕਟ ਆਨਸਰ ਹੋ ਜਾਵੇਗਾ অপশন ਨੰਬਰ ਸੀ ਗਰਭ ਪਾਤ ਕਰਨ ਲਈ ਲੋਕਾਂ ਨੂੰ ਉਤਸ਼ਾਹ ਕਰਨਾ ਨੈਕਸਟ ਕੁਐਸਚਨ ਹੈਗਾ ਸਾਡੇ ਦੇਸ਼ ਵਿੱਚ ਸਵੱਛ ਪਾਰਤ ਮਹਿੰਮ डी की लोड है ध्यान देखो करेक्ट आंसर हो जावेगा ऑप्शन नंबर डी उपरोक्त सारे फर्स्ट हैगा 파ਰਤ ਵਿੱਚ ਖੁੱਲੇ ਵਿੱਚ ਸ਼ੋਰ ਕਰਨ ਦੀ ਸੋਚ ਕਰਨ ਦੀ ਸਮੱਸਿਆ ਖਤਮ ਕਰਨ ਲਈ ਸਹੀ ਹੋ ਜਾਵੇਗਾ ਸੈਕਿੰਡ ਹੈਗਾ ਵਿਗਿਆਨਿਕ ਪ੍ਰਕਿਰਿਆ ਦੁਆਰਾ ਕੂੜੇ ਦੇ ਪ੍ਰਬੰਧਨ ਨੂੰ ਲਾਗੂ ਕਰਨ ਲਈ ਆ ਵੀ ਸਹੀ ਹੋ ਜਾਵੇਗਾ ਥਰਡ ਹੈਗਾ ਸਿਰ ਤੇ ਮਨੁੱਖੀ ਮਲ ਟੋਣ ਦੀ ਲਾਹਨਤ ਤੋਂ ਛੁਟਕਾਰਾ ਪਾਉਣ ਲਈ ਤਾਂ ਆ ਵੀ ਸਹੀ ਹੋ ਜਾਵੇਗਾ অপਸ਼ਨ ਨੰਬਰ ਡੀ ਉਪਰੋਕਤ ਸਾਰੇ ਆਪਣਾ கரெக்ட் आंसर हो ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਆਂ ਸਾਡਾ ਨੈਕਸਟ ਕੁਐਸਚਨ ਹੁੰਦਾ ਹੈ ਵਾਤਾਵਰਨ ਦੇ ਮੁਰ ਉਹ ਸੇਵ ਦੇ ਦੀਆਂ ਚਿਤਾਵਾਂ ਦੇਕਰ ਨਾਮਵਰ ਸਮਾਜ ਸੇਵੀ ਮੇਗਾ ਪਾਟਕਰ ਨੇ ਗੁਜਰਾਤ ਵਿੱਚ ਨਰਮ ਨਰਮਤਾ ਬਚਾਓ ਅੰਦੋਲਨ ਦੀ ਸ਼ੁਰੂਆਤ ਕੀਤੀ ਕਿਹੜੇ ਡੈਮ ਪ੍ਰੋਜੈਕਟ ਦੇ ਵਿਰੁੱਧ ਇਹ ਨਰਮਦਾ ਬਚਾਓ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਤਾਂ ਇਹਦਾ கரெக்ட் ਆਨਸਰ ਹੋ ਜਾਵੇਗਾ অপਸ਼ਨ ਨੰਬਰ ਬੀ ਸਰਦਾਰ ਸਰੋਵਰ ਡੈਮ ਨੈਕਸਟ ਕੁਐਸਚਨ ਹੈਗਾ ਅਜੋਕੇ ਸਮੇਂ ਵਿੱਚ ਦਿੱਲੀ ਵਿੱਚ ਪਾਰੀ ਪ੍ਰਦੂਸ਼ਣ ਦੇ ਸੰਦਰਭ ਵਿੱਚ AQI ਦਾ ਨਿਯੰਤਰਣ ਜ਼ਿਕਰ ਹੈ AQI ਦੀ ਫੁੱਲ ਫਾਰਮ ਦੱਸੋ ਤਾਂ ਇਹਦਾ கரੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਸੀ 에어 ਕੁਆਲਿਟੀ ਇੰਡੈਕਸ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਨੈਕਸਟ ਕੁਐਸਚਨ ਆਂਦਾ ਹੈ ਭਾਰਤੀ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ 26 ਸਤੰਬਰ 2018 ਨੂੰ ਯੂਨਾਈਟਿਡ ਨੇਸ਼ਨ ਤੇ ਸਰਵੋੱਚ ਵਾਤਾਵਰਨ ਸਮਾਨ ਚੈਂਪੀਅਨ ਆਫ ਦੀ ਅਰਥ ਅਵਾਰਡ ਤੇ ਸਨਯੁਕਤ ਜੇਤੂ ਸੀ ਭਾਰਤੀ ਪ੍ਰਧਾਨ ਮੰਤਰੀ ਨੇ ਕਿਸ ਰਾਜਨੀਤਿਕ ਸ਼ਖਸੀਅਤ ਦੇ ਨਾਲ ਸਯੁਕਤ ਤੌਰ ਤੇ ਇਹ ਸਨਮਾਨ ਪ੍ਰਾਪਤ ਕੀਤਾ ਸੀ ਤਾਂ ਇਹਦਾ ਕਰੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਸੀ ਫਰਾਂਸ ਦੇ ਰਾਸ਼ਟਰਪਤੀ ਐਮੈਨੂਅਲ ਮੈਕਰੋਂ ਦੇ ਨਾਲ ਨੈਕਸਟ ਕੁਐਸਚਨ ਹੈਗਾ ਹੈ ਹੇਠ ਦਿੱਤੇ ਸਮੂਹਾਂ ਵਿੱਚ ਗ੍ਰੀਨ ਹਾਊਸ ਗੈਸਾਂ ਦੇ ਸਮੂਹ ਦੀ ਪਛਾਣ ਕਰੋ ਤਾਂ ਇਹਦਾ ਕਰੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਬੀ ਕਾਰਬਨ ਡਾਈਆਕਸਾਈਡ ਨਾਈਟ੍ਰੋਜਨ ਆਕਸਾਈਡ ਨਾਈਟ੍ਰੋਜਨ ਤੇ ਕਲੋਰੋਫਲੋਰੋ ਕਾਰਬਨ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਨੈਕਸਟ ਕੁਐਸ਼ਨ ਹੈਗਾ ਇਹਨਾਂ ਵਿੱਚੋਂ ਕਿਹੜੀਆਂ ਸਮੱਸਿਆਵਾਂ ਤੁਨੀ ਪ੍ਰਦੂਸ਼ਣ ਦੁਆਰਾ ਨਹੀਂ ਹੁੰਦੀਆਂ ਤਾਂ ਇਹਦਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ A ਡਾਇਰੀਆ ਜਾਂ ਦਸਤ ਇਹ ਸਾਰੀਆਂ ਜਿਹੜੀਆਂ ਤੁਨੀ ਪ੍ਰਦੂਸ਼ਣ ਨਾਲ ਨਹੀਂ ਹੁੰਦੀਆਂ ਬਾਕੀ ਹੈਗੀ ਹੈ ਹਾਈ ਬਲੱਡ ਪ੍ਰੈਸ਼ਰ ਬੋਲਾਪਣ ਅਤੇ ਜਲਨ ਇਹ ਸਾਰੀਆਂ ਤੁਨੀ ਪ੍ਰਦੂਸ਼ਣ ਨਾਲ ਹੁੰਦੀਆਂ ਨੈਕਸਟ ਕੁਐਸ਼ਨ ਹੈਗਾ ਵਾਤਾਵਰਨ ਵਿਗਿਆਨ ਦੇ ਸੰਬੰਧ ਵਿੱਚ SPM ਦਾ ਪੂਰਾ ਨਾਂ ਕੀ ਹੈ ਤਾਂ ਇਹਦਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ B ਸਸਪੈਂਡ ਪਾਰਟਿਕੂਲੇਟ ਮੈਟਰ ਨੈਕਸਟ ਕੁਐਸਚਨ ਹੈਗਾ ਮਨੁੱਖੀ ਟਿਸ਼ੂ ਅੰਗ ਜਾਂ ਤਰਲ ਪਦਾਰਥ ਸਰੀਰ ਦੇ ਅੰਗ ਅਤੇ ਜਾਨਵਰਾਂ ਦੀ ਦੂਸ਼ਿਤ ਲਾਸ ਕਿਸ ਦੇ ਉਦਾਹਰਨ ਹਨ ਤਾਂ ਇਹਦਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਡੀ ਪੈਥੋਲੋਜੀਕਲ ਵੇਸਟ ਦੀ ਉਦਾਹਰਨ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਨੈਕਸਟ ਕੁਐਸਚਨ ਹੈਗਾ ਉਹ ਮਸ਼ਹੂਰ ਵਿਗਿਆਨੀ ਦਾ ਨਾਮ ਦੱਸੋ ਜਿਸ ਨੇ ਇਕੋਲੋਜੀ ਸ਼ਬਦ ਦੀ ਇਜਾਦ ਵਾਤਾਵਰਨ ਵਿਗਿਆਨ ਵਿਸ਼ੇ ਲਈ ਕੀਤੀ ਸੀ ਤਾਂ ਇਹਦਾ கரੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ A ਅਰਨਸਟ ਹੈਕਲ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਨੈਕਸਟ ਕੁਐਸਚਨ ਆਂਦਾ ਹੈ ਪਿਛਲੇ ਕੁਝ ਦਹਾਕਿਆਂ ਤੋਂ ਧਰਤੀ ਦੇ ਜਲਵਾਯੂ ਵਿੱਚ ਆ ਰਹੇ ਵੱਡੇ ਬਦਲਾਅ ਦਾ ਕੀ ਕਾਰਨ ਤਾਂ ਇਹਦਾ கரੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ C ਗਲੋਬਲ ਵਾਰਮਿੰਗ ਨੈਕਸਟ ਕੁਐਸਚਨ ਹੈ ਇਹਨਾਂ ਵਿੱਚੋਂ ਕਿਹੜਾ ਗਲੋਬਲ ਵਾਰਮਿੰਗ ਦਾ ਪ੍ਰਵਾਹ ਨਹੀਂ ਹੈ ਤਾਂ ਦਾ கரੈਕਟ ਆਨਸਰ ਹੋ ਜਾਏਗਾ অপশন নাম্বার ডি ਗਰਮੀਆਂ ਜ਼ਿਆਦਾ ਠੰਡੀਆਂ ਤੇ ਸਰਦੀਆਂ ਜ਼ਿਆਦਾ ਗਰਮ ਹੋ ਜਾਣੀਆਂ ਨੈਕਸਟ ਹੈਗਾ ਹੇਠ ਦਿੱਤੀਆਂ ਦਾ ਮਿਲਾਨ ਕਰੋ ਤਾਂ ਦਾ கரੈਕਟ ਆਨਸਰ ਹੋ ਜਾਵੇਗਾ অপশন নাম্বার B ਫਰਸਟ ਦਾ B ਦੇ ਨਾਲ ਸੈਕਿੰਡ ਹੈਗਾ ਸੈਕਿੰਡ ਦਾ A ਦੇ ਨਾਲ ਥਰਡ ਦਾ C ਦੇ ਨਾਲ ਤੇ ਫੋਰਥ ਦਾ ਡੀ ਦੇਣਾ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਨੈਕਸਟ ਕੁਐਸਚਨ ਹੈ ਸੰਯੁਕਤ ਰਾਸ਼ਟਰ ਦੀ ਕਿਸ ਏਜੰਸੀ ਨੂੰ ਸਥਿਰ ਵਿਕਾਸ ਲਈ ਸੰਯੁਕਤ ਰਾਸ਼ ਦੇ ਦਹਾਕੇ ਦੀ ਸੰਖਿਆ ਸੋਰੀ ਸਿੱਖਿਆ 2014 ਪ੍ਰੋਗਰਾਮ ਨੂੰ ਨੇਪਰੇ ਚਾੜਨ ਅਤੇ ਸੰਯੁਕਤ ਰਾਸ਼ਟਰ ਦੀਆਂ ਵੱਖ-ਵੱਖ ਏਜੰਸੀਆਂ ਨਾਲ ਤਾਲਮੇਲ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਇਹਦਾ ਕਰੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਬੀ ਯੂਨੈਸਕੋ ਨੂੰ ਨੈਕਸਟ ਕੁਐਸਚਨ ਹੈਗਾ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਬਿਮਾਰੀ ਦੂਸ਼ਿਤ ਪਾਣ ਨਾਲ ਫੈਲਦੀ ਹੈ ਤਾਂ ਇਹਦਾ ਕਰੈਕਟ ਆਨਸਰ ਹੋ ਜਾਏਗਾ ਆਪਸ਼ਨ ਨੰਬਰ ਡੀ ਹੈਜਾ ਨੈਕਸਟ ਕੁਐਸਚਨ ਹੈ ਕੁਝ ਜੈਵਿਕ ਆਕਸੀਜਨ ਦੀ ਮੰਗ ਬੀਓਡੀ ਦੀ ਕੀ ਦਰਸਾਉਂਦੀ ਹੈ ਤਾਂ ਇਹਦਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਏ ਸੂਖਮ ਪ੍ਰਦੂਸ਼ਣ ਦਾ ਉੱਚ ਪੱਧਰ ਨੈਕਸਟ ਕੁਐਸਚਨ ਹੈਗਾ ਵਾਤਾਵਰਨ ਅਤੇ ਜੰਗਲਾਤ ਮੰਤਰਾਲੇ ਨੇ ਪਾਰ ਦਾ ਪਹਿਲਾ ਸਮੁੰਦਰੀ ਵਾਤਾਵਰਨ ਸਵੇਦਨ ਸ਼ੀਲ ਜੌਨ ਕਿਸ ਨੂੰ ਕੋਸ਼ਿਤ ਕੀਤਾ ਹੈ ਤਾਂ ਇਹਦਾ ਕਰੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ এ કચ્છ ਦੀ ਖਾੜੀ ਨੂੰ ਨੈਕਸਟ ਕੁਐਸਚਨ ਹੈਗਾ ਵਾਤਾਵਰਣ ਸਬੰਧੀ ਮੁੱਦਿਆਂ ਨਾਲ ਜੁੜੇ ਕੇਸਾਂ ਦੇ ਜਲਦੀ ਨਿਪਟਾਰੇ ਲਈ ਕਿਸ ਸੰਵਿਧਾਨਕ ਸੰਸਥਾ ਦੀ ਸਥਾਪਨਾ 2010 ਵਿੱਚ ਕੀਤੀ ਗਈ ਸੀ ਤਾਂ ਇਹਦਾ ਕਰੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਸੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੈਕਸਟ ਨੈਕਸਟ ਕੁਐਸਚਨ ਆਉਂਦਾ ਹੈ ਹੇਠ ਵਿੱਚੋਂ ਕਿਹੜਾ ਗ੍ਰੇ ਧਰਤੀ ਗ੍ਰੇ ਦੀ ਉਦਾਹਰਨ ਨਹੀਂ ਹੈ ਤੇੰਦਾ கரੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਡੀ ਜੁਪੀਟਰ ਨੈਕਸਟ ਕੁਐਸ਼ਨ ਹੈਗਾ ਵਿਸ਼ਵ ਓਜੋਨ ਦਿਵਸ ਹਰ ਸਾਲ ਦੁਨੀਆ ਭਰ ਵਿੱਚ 16 ਸਤੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਤੇੰਦਾ கரੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਏ ਮਾਰਟਿਅਲ ਪ੍ਰੋਟੋਕੋਲ ਤੇ 16 ਸਤੰਬਰ ਨੂੰ ਹਸਤਾਖਰ ਕੀਤੇ ਗਏ ਸਨ ਨੈਕਸਟ ਕੁਐਸ਼ਨ ਹੈਗਾ ਏਟ ਦਿੱਤੀਆਂ ਦਾ ਮਿਲਾਨ ਕਰੋ ਤਾਂ ਦਾ கரੈਕਟ ਆਨਸਰ ਹੋ ਜਾਵੇਗਾ অপশন ਨੰਬਰ এ ফার্স্ট ਨੂੰ ডি ਦੇ ਨਾਲ ਬਾਇਓਸਫੇਰ ਜੀਵਤ ਯੋਗਾਂ ਦੇ ਆਲੇ ਦੁਆਲੇ ਦੇ ਸੰਬੰਧ সেকেন্ড ਹੈਗਾ ਸੈਕਿੰਡ ਨੂੰ ਬੀ ਦੇ ਨਾਲ ਹਾਈਡਰੋਸਫੇਰ ਪਾਣੀ ਦੇ ਡੋਮੇਨ ਨਾਲ ਥਰਡ ਹੈਗਾ ਥਰਡ ਨੂੰ এ ਦੇ ਨਾਲ ਵਾਤਾਵਰਣ ਤਰਤੀ ਦੇ ਦੁਆਲੇ ਹਵਾ ਦਾ ਕੰਬਲ ਤੇ फोर्थ ਹੈਗਾ ਲਿਥੋਸਫੇਰ ਇਥੇ ਉਸ ਵੇਰ ਨੂੰ ਠੋਸ ਛਾਲੇ ਤੇ ਤਰਤੀ ਦੀ ਸਖਤ ਚੋਟੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਨੈਕਸਟ ਹੈਗਾ ਅੱਖਾਂ ਦਾਣ ਕਰਨ ਦੀ ਪ੍ਰਕਿਰਿਆ ਦੇ ਦੌਰਾਨ ਅੱਖ ਦੇ ਕਿਹੜੇ ਹਿੱਸੇ ਨੂੰ ਅੱਖ ਪ੍ਰਾਪਤ ਕਰਨ ਵਾਲੇ ਦੇ ਵਾਲੇ ਵਿੱਚ ਸਤੰਤਰਿਤ ਕੀਤਾ ਜਾਂਦਾ ਹੈ ਤਾਂ ਇਹਦਾ ਕਰੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਸੀ ਕੋਰਨੀਆ ਨੈਕਸਟ ਹੈਗਾ ਮੌਜੂਦਾ ਸਮੇਂ ਦੁਨੀਆ ਦਾ ਸਭ ਤੋਂ ਵੱਡਾ ਕਾਰਬਨ ਡਾਈਆਕਸਾਈਡ ਗੈਸ ਨਿਕਾਸ ਕਰਨ ਵਾਲਾ ਦੇਸ਼ ਕਿਹੜਾ ਹੈ ਤਾਂ ਇਹਦਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ A ਚਾਈਨਾ ਸਾਡਾ ਅੱਜ ਦਾ ਲਾਸਟ ਕੁਐਸਚਨ ਹੈਗਾ ਮੈਂਜ਼ਾਮਿਨ ਬਲੂਮ ਨੇ ਗਿਆਨ ਦੇ ਉਦੇਸ਼ਾਂ ਨੂੰ ਕਿੰਨੀਆਂ ਸ਼੍ਰੇਣੀਆਂ ਵਿੱਚ ਵੰਡਿਆ ਸੀ ਤਾਂ ਇਹਦਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ B 6 ਸ਼੍ਰੇਣੀਆਂ ਵਿੱਚ ਪੀ ਐਸ ਟੈਟ ਦੇ ਬਾਕੀ ਪਾਰਟ ਦੀ ਵੀ ਆਨਸਰ ਕੀ ਜਲਦ ਅਪਲੋਡ ਹੋਵੇਗੀ ਜੇਕਰ ਤੁਸੀਂ ਚੈਨਲ ਤੇ ਨਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਨਾਲ ਲਗੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਸਾਡੀ ਹਰੇਕ ਨਈ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਨਾਲ ਮਿਲ ਸਕੇ ਮਿਲਦੇ ਹਾਂ ਨੈਕਸਟ ਵੀਡੀਓ 'ਚ ਤਬ ਤੱਕ ਦੇ ਲਈ ਟੇਕ ਕੇਅਰ